ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ HiFi Exam Study ਦੇ ਵਿੱਚ ਮਹਾਂਦਰ ਅੱਜ ਆਪਾਂ ਜੋ ਹਿਸਟਰੀ ਦੀ ਟੈਸਟ ਸੀਰੀਜ਼ ਚੱਲ ਰਹੀ ਹੈ ਉਸਦੇ 22ਵੇਂ 파ਟ ਨੂੰ ਕਵਰ ਕਰਾਂਗੇ ਜੋ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾ ਪ੍ਰਸ਼ਨ ਆਉਂਦਾ ਜੀ ਆਪਣੇ ਲਵੇ ਪਾਣੀਪਤ ਦੇ ਤੀਜੇ ਯੁੱਧ ਵਿੱਚ ਕਿਸ ਨੇ ਮਰਾਠਿਆਂ ਨੂੰ ਹਰਾਇਆ ਸੀ ਇਹਨਾਂ ਚਾਰਾਂ ਦੇ ਵਿੱਚੋਂ ਆਪਣੇ ਲਈ ਰਾਈਟ ਆਨਸਰ ਕਿਹੜਾ ਹੋਊਗਾ ਜੀ ਕਿਹਨਾਂ ਨੇ ਹਰਾਇਆ ਸੀ ਮਰਾਠਿਆਂ ਨੂੰ ਤਾਂ ਉਹ ਹਰਾਇਆ ਸੀਗਾ অপਸ਼ਨ ਨੰਬਰ 1 ਅਫਗਾਨਾ ਨੇ ਦੂਜਾ ਪ੍ਰਸ਼ਨ ਆਉਂਦਾ ਜੀ ਆਪਣੇ ਲਈ ਪਾਣੀਪਤ ਦਾ ਤੀਜਾ ਜੰਗ ਕਦੋਂ ਹੋਇਆ ਸੀ ਤੇ ਇਹਨਾਂ ਵਿੱਚੋਂ ਆਪਣੇ ਰਾਈਟ ਆਨਸਰ ਦੇਣਾ ਕਦੋਂ ਹੋਇਆ ਸੀਗਾ ਜੀ ਤਾਂ ਇਹ ਹੋਇਆ ਸੀਗਾ 1761 ਦੇ ਵਿੱਚ অপਸ਼ਨ ਨੰਬਰ 1 14 ਜਨਵਰੀ 1761 ਨੂੰ ਇਹ ਹੋਇਆ ਸੀ ਪ੍ਰਸ਼ਨ ਨੰਬਰ 3 ਆਉਂਦਾ ਜੀ ਆਪਣੇ ਲਵੇ ਪਾਣੀਪਤ ਦੇ ਤੀਜੇ ਯੁੱਧ ਵਿੱਚ ਮਰਾਠਿਆਂ ਦਾ ਸਾਹਮਣਾ ਕਿਸ ਦੇ ਨਾਲ ਹੋਇਆ ਸੀ ਇਹਨਾਂ ਦੇ ਵਿੱਚੋਂ ਮਰਾਠਿਆਂ ਦੇ ਸਾਹਮਣੇ ਪਾਣੀਪਤ ਦੇ ਤੀਜੇ ਯੁੱਧ ਵਿੱਚ ਕੌਣ ਸੀ ਤਾਂ ਉਹ ਸੀਗਾ ਜੀ ਆਪਸ਼ਨ ਨੰਬਰ 1 ਅਹਿਮਦ ਸਾਹ ਅਬਦਾਲੀ ਮਰਾਠਿਆਂ ਨੂੰ ਪਾਣੀਪਤ ਦੇ ਤੀਜੇ ਯੁੱਧ ਦੇ ਵਿੱਚ ਅਹਿਮਦ ਸਾਹ ਅਬਦਾਲੀ ਦਾ ਸਾਹਮਣਾ ਕਰਨਾ ਪਿਆ ਸੀਗਾ ਪ੍ਰਸ਼ਨ ਨੰਬਰ 4 ਆਉਂਦਾ ਜੀ ਆਪਣੇ ਲਵੇ ਸਦਾਸੀਵ ਰਾਓ ਭਾਉਨੇ ਮਰਾਠਿਆਂ ਦੀ ਗਵਾਹੀ ਕਿਸ ਜੰਦ ਵਿੱਚ ਕਰੀ ਸੀ ਸਦਾ ਸਿੰਘ ਭਾਉ ਨੇ ਮਰਾਠਿਆਂ ਦੀ ਗਵਾਹੀ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਜੰਦ ਦੇ ਵਿੱਚ ਕਰੀ ਸੀ ਤਾਂ ਉਹ ਕਰੀ ਸੀ ਜੀ ਆਪਸ਼ਨ ਨੰਬਰ 3 ਪਾਣੀਪਤ ਦੇ ਤੀਜੇ ਜੰਦ ਦੇ ਵਿੱਚ ਪ੍ਰਸ਼ਨ ਨੰਬਰ 5 ਆਉਂਦਾ ਜੀ ਆਪਣੇ ਲਵੇ ਹੇਠ ਲਿਖਿਆਂ ਵਿੱਚੋਂ ਕਿਹੜਾ ਰੋਹਿਲਾ ਸਰਦਾਰ ਅਹਿਮਦ ਸਾਹ ਅਬਦਾਲੀ ਦਾ ਵਿਸ਼ਵਾਸ ਪਾਤਰ ਸੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਰੋਹਿਲਾ ਸਰਦਾਰ ਅਹਿਮਦ ਸਾਹ ਅਫਦਾਲੀ ਦਾ ਵਿਸ਼ਵਾਸ ਪਾਤਰ ਸੀ ਤਾਂ ਉਹ ਸੀਗਾ ਜੀ অপਸ਼ਨ ਨੰਬਰ 2 ਨਜੀਬ ਖਾਨ ਪ੍ਰਸ਼ਨ ਨੰਬਰ 6 ਹੁੰਦਾ ਜੀ ਆਪਣੇ ਲਵੇ ਨਾਦਰ ਸਾਹ ਦੇ ਹਮਲੇ ਸਮੇਂ ਮੁਗਲ ਸ਼ਾਸਕ ਕੌਣ ਸੀ ਜਦੋਂ ਨਾਦਰ ਸਾਹ ਨੇ ਭਾਰਤ ਤੇ ਹਮਲਾ ਕੀਤਾ ਸੀ ਤਾਂ ਉਦੋਂ ਮੁਗਲ ਸ਼ਾਸਕ ਕੌਣ ਸੀਗਾ ਜੀ ਤਾਂ ਉਸ ਸਮੇਂ ਮੁਗਲ ਸ਼ਾਸਕ ਭਾਰਤ ਦੇ ਵਿੱਚ অপশন নাম্বার 3 মোহাম্মদসা রঙ্গিলা ਸੀ। ਪ੍ਰਸ਼ਨ ਨੰਬਰ 7 ਆਉਂਦਾ ਜੀ ਆਪਣੇ ਲਵੇ ਰੰਗੀਲਾ ਬਾਦਸ਼ਾ ਕਿਸ ਨੂੰ ਕਿਹਾ ਜਾਂਦਾ ਹੈ? ਇਹਨਾਂ ਚਾਰਾਂ ਦੇ ਵਿੱਚੋਂ ਰੰਗੀਲਾ ਬਾਦਸ਼ਾ ਕਿਸ ਨੂੰ ਕਿਹਾ ਜਾਂਦਾ ਜੀ? ਤੋਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਮੁਹੰਮਦ ਸਾਹ ਰੰਗੀਲਾ। অপশন নাম্বার 3 ਆਪਣੇ ਲਵੇ রাইਟ ਆ ਜੂ। ਪ੍ਰਸ਼ਨ ਨੰਬਰ 8 ਆਉਂਦਾ ਜੀ ਆਪਣੇ ਲਵੇ ਜੈਨ ਧਰਮ ਦੇ ਸੰਸਥਾਪਕ ਕੌਣ ਹਨ? ਇਨ੍ਹਾਂ ਚਾਰਾਂ ਦੇ ਵਿੱਚੋਂ ਜੈਨ ਧਰਮ ਦੇ ਸੰਸਥਾਪਕ ਕੌਣ ਹਨ ਤੋ ਹਨ ਜੀ অপਸ਼ਨ ਨੰਬਰ 4 ਰਿਸ਼ਭਦੇਵ ਜਿਨ੍ਹਾਂ ਨੂੰ ਆਦੀਨਾਥ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪ੍ਰਸ਼ਨ ਨੰਬਰ 9 ਦਾ ਜੀ ਆਪਣੇ ਲਵੇ ਜੈਨ ਤੀਰਥੰਕਰ ਪਾਰਸ਼ਵਨਾਥ ਕਿਹੜੇ ਸਥਾਨ ਨਾਲ ਸੰਬੰਧਿਤ ਹੈ ਗਿਆਨ ਤੀਰਥੰਕਰ ਪਾਰਸ਼ਵਨਾਥ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਹੜੇ ਸਥਾਨ ਦੇ ਨਾਲ ਸੰਬੰਧਿਤ ਹੈ ਤਾਂ ਉਹ ਹੈ ਜੀ অপਸ਼ਨ ਨੰਬਰ 1 ਵਾਰਾਨਸੀ ਦੇ ਨਾਲ ਪ੍ਰਸ਼ਨ ਨੰਬਰ 10 ਹੁੰਦਾ ਜੀ ਆਪਣੇ ਲਵੇ 파르ਸ਼ਵਨਾਥ जैन ਧਰਮ ਦੇ ਕਿਹੜੇ ਤੀਰਥੰਕਰ ਸਨ 파르ਸ਼ਵਨਾਥ जैन ਧਰਮ ਦੇ ਕਿਹੜੇ ਤੀਰਥੰਕਰ ਸਨ ਤਾਂ ਉਹ ਸਨ ਜੀ অপਸ਼ਨ ਨੰਬਰ 4 23ਵੇਂ ਤੀਰਥੰਕਰ ਪ੍ਰਸ਼ਨ ਨੰਬਰ 11 ਹੁੰਦਾ ਜੀ ਆਪਣੇ ਲਵੇ ਮਹਾਵੀਰ ਸਵਾਮੀ ਦਾ ਜਨਮ ਕਿੱਥੇ ਹੋਇਆ ਸੀ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਸ ਸਥਾਨ ਦੇ ਉੱਤੇ ਮਹਾਵੀਰ ਸਵਾਮੀ ਦਾ ਜਨਮ ਹੋਇਆ ਸੀ ਤਾਂ ਹੋਇਆ ਸੀਗਾ ਜੀ অপਸ਼ਨ ਨੰਬਰ 2 ਕੁੰਡਗ੍ਰਾਮ ਦੇ ਵਿੱਚ ਪ੍ਰਸ਼ਨ ਨੰਬਰ 12 ਹੁੰਦਾ ਜੀ ਆਪਣੇ ਲਵੇ ਮਹਾਵੀਰ ਜੈਨ ਦੀ ਮੌਤ ਕਿਹੜੇ ਨਗਰ ਦੇ ਵਿੱਚ ਹੋਈ ਸੀ ਇਹਨਾਂ ਚਾਰਾਂ ਨਗਰਾਂ ਦੇ ਵਿੱਚੋਂ ਕਿਸ ਨਗਰ ਦੇ ਵਿੱਚ ਮਹਾਵੀਰ ਜੈਨ ਦੀ ਮੌਤ ਹੋਈ ਸੀ ਤਾਂ ਹੋਈ ਸੀ ਜੀ অপਸ਼ਨ ਨੰਬਰ 3 ਪਾਵਾਪੁਰੀ ਦੇ ਵਿੱਚ ਪ੍ਰਸ਼ਨ ਨੰਬਰ 13 ਹੁੰਦਾ ਜੀ ਆਪਣੇ ਲਵੇ ਜਨ ਧਰਮ ਵਿੱਚ ਪੂਰੇ ਗਿਆਨ ਲਈ ਕਿਹੜਾ ਸ਼ਬਦ ਵਰਤੇ ਜਾਂਦਾ ਹੈ ਜਾਨਕਿ ਪੂਰਨ ਗਿਆਨ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਆ ਜਿਹੜਾ ਉਹ ਵਰਤਿਆ ਜਾਂਦਾ ਹੈ ਤਾਂ ਉਹ ਵਰਤੇ ਜਾਂਦਾ ਜੀ অপਸ਼ਨ ਨੰਬਰ 4 ਕਵਲੇ ਪ੍ਰਸ਼ਨ ਨੰਬਰ 14 ਹੁੰਦਾ ਜੀ ਆਪਣੇ ਲਵੇ ਭਾਗਵਤ ਸੰਪਰਦਾਏ ਦੇ ਵਿਕਾਸ ਲਈ ਕਿਸ ਦਾ ਯੋਗਦਾਨ ਸਭ ਤੋਂ ਵੱਧ ਹੈ ਭਾਗਵਤ ਸੰਪਰਦਾਏ ਦੇ ਵਿਕਾਸ ਲਈ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਦਾ ਯੋਗਦਾਨ ਸਭ ਤੋਂ ਵੱਧ ਹੈ ਹੋ ਹੈ ਜੀ অপਸ਼ਨ ਨੰਬਰ 4 ਗੁਪਤ ਰਾਜਿਆਂ ਦਾ ਪ੍ਰਸ਼ਨ ਨੰਬਰ 15 ਹੁੰਦਾ ਜੀ ਆਪਣੇ ਲਵੇ ਗੁਪਤ ਸ਼ਾਸਕਾਂ ਦਾ ਰਾਜਧਰਮ ਕਿਹੜਾ ਸੀ ਗੁਪਤ ਸ਼ਾਸਕਾਂ ਦਾ ਰਾਜਧਰਮ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਸੀਗਾ ਜੀ ਤੋ ਸੀ অপਸ਼ਨ ਨੰਬਰ 4 ਭਗਵਤ ਧਰਮ ਪ੍ਰਸ਼ਨ ਨੰਬਰ 16 ਹੁੰਦਾ ਜੀ ਆਪਣੇ ਲਵੇ ਵਾਸ਼ੁਦੇਵ ਕ੍ਰਿਸ਼ਨ ਦੀ ਪੂਜਾ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤੀ ਸੀ ਵਾਸੁਦੇਵ ਕ੍ਰਿਸ਼ਨ ਦੀ ਪੂਜਾ ਸਭ ਤੋਂ ਪਹਿਲਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਉਹ ਕੀਤੀ ਸੀ ਜੀ ਆਪਸ਼ਨ ਨੰਬਰ 4 ਭਗਵਤਾ ਨੇ ਪ੍ਰਸ਼ਨ ਨੰਬਰ 17 ਹੁੰਦਾ ਜੀ ਆਪਣੇ ਲਵੇ ਹੀਟ ਲਿਖਿਆ ਵਿੱਚੋਂ ਕਿਸ ਸਥਾਨ ਤੇ ਕੁੰਭ ਦਾ ਮੇਲਾ ਲੱਗਦਾ ਹੈ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਸ ਸਥਾਨ ਦੇ ਉੱਤੇ ਕੁੰਭ ਦਾ ਮੇਲਾ ਲੱਗਦਾ ਹੈ ਤਾਂ ਉਹ ਲੱਗਦਾ ਹੈ ਜੀ ਆਪਸ਼ਨ ਨੰਬਰ 1 나ਸਿਕ ਦੇ ਵਿੱਚ ਇਹ ਜਿਹੜਾ ਕੁੰਭ ਦਾ ਮੇਲਾ ਉਹ ਭਾਰਤ ਦੇ ਵਿੱਚ ਚਾਰ ਜਗ੍ਹਾ ਦੇ ਉੱਤੇ ਲੱਗਦਾ ਹੈ ਪਹਿਲਾ ਹੈ ਨਾਸਿਕ ਦੂਸਰਾ ਹੈ ਹਰਦਵਾਰ ਤੀਸਰਾ ਹੈ ਪ੍ਰਯਾਗਰਾਜ ਤੇ ਚੌਥਾ ਹੈ ਉਜੈਨ ਇਹ ਗੱਲ ਨੂੰ ਯਾਦ ਰੱਖਣਾ ਤੁਸੀਂ ਪ੍ਰਸ਼ਨ ਨੰਬਰ 18 ਹੁੰਦਾ ਜੀ ਆਪਣੇ ਲਾਵੇ ਨਾਸਿਕ ਵਿੱਚ ਕੁੰਭ ਮੇਲਾ ਕਿਸ ਨਦੀ ਦੇ ਕਿਨਾਰੇ ਤੇ ਲੱਗਦਾ ਹੈ ਜਿਹੜਾ ਨਾਸਿਕ ਦੇ ਵਿੱਚ ਕੁੰਭ ਮੇਲਾ ਲੱਗਦਾ ਵਾ ਉਹ ਕਿਹੜੀ ਨਦੀ ਦੇ ਕਿਨਾਰੇ ਦੇ ਉੱਤੇ ਲੱਗਦਾ ਹੈ ਤਾਂ ਉਹ ਲੱਗਦਾ ਹੈ ਜੀ অপਸ਼ਨ ਨੰਬਰ 4 ਗੋਆਬਰੀ ਨਦੀ ਦੇ ਕਿਨਾਰੇ ਤੇ ਪ੍ਰਸ਼ਨ ਨੰਬਰ 19 ਆਉਂਦਾ ਜੀ ਆਪਣੇ ਲਵੇ ਐ ਸਹਿਯੋਗ ਅੰਦੋਲਨ ਦੇ ਦੌਰਾਨ ਆਪਣੀ ਵਕਾਲਤ ਕਿਸ ਨੇ ਛੱਡੀ ਸੀ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਨੇ ਆਪਣੀ ਵਕਾਲਤ ਛੱਡ ਦਿੱਤੀ ਸੀ ਐ ਸਹਿਯੋਗ ਅੰਦੋਲਨ ਦੇ ਦੌਰਾਨ ਤਾਂ ਛੱਡੀ ਸੀ ਜੀ অপਸ਼ਨ ਨੰਬਰ 4 ਚਤਰੰਜਨ ਦਾਸ ਨੇ ਪ੍ਰਸ਼ਨ ਨੰਬਰ 20 ਆਉਂਦਾ ਜੀ ਆਪਣੇ ਲਵੇ ਬ੍ਰੇਡ ਸੌਫਸ ਆਫ ਕਮਰਸ ਵਿੱਚ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਕੌਣ ਸਨ ਇਨਾਂ ਦੇ ਵਿੱਚੋਂ ਉਹ ਪਹਿਲੇ ਭਾਰਤੀ ਕੌਣ ਸੀ ਜਿਨ੍ਹਾਂ ਨੂੰ ਬ੍ਰਿਟਿਸ਼ ਹਾਊਸ ਆਫ ਕਮਰਸ ਦੇ ਵਿੱਚ ਚੁਣਿਆ ਗਿਆ ਸੀ ਤਾਂ ਉਹ ਸੀਗਾ ਜੀ ਆਪਸ਼ਨ ਨੰਬਰ 1 ਦਾਦਾ ਭਾਈ ਨਰੋਜੀ ਪ੍ਰਸ਼ਨ ਨੰਬਰ 21 ਆਉਂਦਾ ਜੀ ਆਪਣੇ ਲਵੇ ਇਹ ਵਿਚਾਰ ਕਿਸ ਦਾ ਸੀ ਕਿ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਗੰਦੀ ਨੀਤੀ ਹੈ ਇਨਾਂ ਚਾਰਾਂ ਦੇ ਵਿੱਚੋਂ ਇਹ ਵਿਚਾਰ ਕਿਸ ਦਾ ਸੀ ਕਿ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਗੰਦੀ ਨੀਤੀ ਹੈ ਤਾਂ ਇਹ ਵਿਚਾਰ ਸੀਗਾ ਜੀ অপਸ਼ਨ ਨੰਬਰ 4 ਕਲਮਕਸ ਦਾ ਪ੍ਰਸ਼ਨ ਨੰਬਰ 22 ਆਉਂਦਾ ਜੀ ਆਪਣੇ ਲਵੇ ਲక్ష్ਮੀਬਾਈ ਦਾ ਜਨਮ ਸਥਾਨ ਕਿਹੜਾ ਹੈ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਹੜੇ ਸਥਾਨ ਦੇ ਉੱਤੇ ਲక్ష్ਮੀਬਾਈ ਦਾ ਜਨਮ ਹੋਇਆ ਸੀ ਤਾਂ ਉਹ ਹੋਇਆ ਸੀਗਾ ਜੀ অপਸ਼ਨ ਨੰਬਰ 3 ਵਾਰਾਨਸੀ ਦੇ ਵਿੱਚ ਪ੍ਰਸ਼ਨ ਨੰਬਰ 23 ਆਉਂਦਾ ਜੀ ਆਪਣੇ ਲਵੇ ਭਾਰਤ ਦਾ ਪਹਿਲਾ ਅਖਬਾਰ ਕਿਹੜਾ ਸੀ ਇਹ ਤਕਰੀਬਨ ਸਭ ਨੂੰ ਪ੍ਰਸ਼ਨ ਦਾ ਉੱਤਰ ਆਉਂਦਾ ਹੀ ਹੋਣਾ ਚਾਹੀਦਾ ਤਾਂ ਉਹ ਸੀਗਾ ਜੀ ਬੰਗਾਲ ਗੈਜ਼ਟ ਭਾਰਤ ਦਾ ਪਹਿਲਾ ਅਖਬਾਰ ਸੀਗਾ ਬੰਗਾਲ ਗੈਜ਼ਟ ਪ੍ਰਸ਼ਨ ਨੰਬਰ 24 ਆਉਂਦਾ ਜੀ ਆਪਣੇ ਲਾਵੇ ਸਭ ਤੋਂ ਪਹਿਲਾਂ ਪ੍ਰੈਸ ਸਪਾਂਸਰਸ਼ਿਪ ਕਿਸ ਨੇ ਲਾਗੂ ਕੀਤੀ ਸੀ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਪ੍ਰੈਸ ਸਪਾਂਸਰਸ਼ਿਪ ਕਿਸ ਨੇ ਲਾਗੂ ਕੀਤੀ ਸੀ ਜੀ ਤਾਂ ਉਹ ਕੀਤੀ ਸੀ অপਸ਼ਨ ਨੰਬਰ 1 ਵੈਲਜਲੀ ਨੇ ਪ੍ਰਸ਼ਨ ਨੰਬਰ 25 ਆਉਂਦਾ ਜੀ ਆਪਣੇ ਲਾਵੇ ਅੰਗਰੇਜ਼ੀ ਭਾਰਤੀ ਸੈਨਾ ਵਿੱਚ ਚਰਵੀ ਵਾਲੇ ਕਾਰਤੂਸਾਂ ਨਾਲ ਚੱਲਣ ਵਾਲੀ ਬੰਦੂਕ ਨੂੰ ਕਦੋਂ ਸ਼ਾਮਲ ਕੀਤਾ ਗਿਆ ਸੀ ਜਾਂ ਕਦੋਂ ਸ਼ਾਮਲ ਕੀਤੀ ਗਈ ਸੀ ਤਾਂ ਇਸ ਪ੍ਰਸ਼ਨ ਦਾ ਜਵਾਬ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਹੈ ਜੀ ਇਹ ਸਨ ਜੀ ਅੱਜ ਦੇ ਆਪਣੇ ਐਮਸੀਕਿਊ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਦਾਂ ਦੇ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਹਾਈਫਾਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ